ਇਸ ਵੇਲੇ ਦੀ ਵੱਡੀ ਖਬਰ, 22 ਘੰਟਿਆਂ ਬਾਅਦ ਸੋਲਨ ਚ ਰੈਸਕਿਊ ਆਪਰੇਸ਼ਨ ਖਤਮ। 13 ਫੌਜੀਆਂ ਸਣੇ 14 ਦੀ ਮੌਤ। ਲਗਭਗ 22 ਘੰਟਿਆਂ ਬਾਅਦ ਕੁਮਾਰ ਹੱਟੀ ਕੋਲ ਡਿੱਗੀ ਇਮਾਰਤ ਹੇਠ ਦੱਬੇ ਲੋਕਾਂ ਦੇ ਬਚਾਅ ਕਾਰਜਾਂ ਲਈ ਚੱਲ ਰਿਹਾ ਰੈਸਕਿਊ ਆਪਰੇਸ਼ਨ ਖਤਮ ਹੋ ਗਿਆ। NDRF ਦੀਆਂ ਟੀਮਾਂ ਨੇ ਮਲਬੇ ਹੇਠੋਂ ਫੌਜ ਦੇ ਆਖਰੀ ਜਵਾਨ ਦੀ ਲਾਸ਼ ਵੀ ਬਰਾਮਦ ਕਰ ਲਈ ਹੈ। ਇਸ ਹਾਦਸੇ ਵਿੱਚ 14 ਜਣਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ 13 ਫੌਜ ਦੇ ਜਵਾਨ ਹੀ ਦੱਸੇ ਜਾ ਰਹੇ ਨੇ। ਦੱਸਣਯੋਗ ਹੈ ਕਿ ਐਤਵਾਰ ਨੂੰ ਭਾਰਤੀ ਫੌਜ ਦੇ 30 ਜਵਾਨ ਦੁਪਹਿਰ ਦਾ ਖਾਣਾ ਖਾਣ ਲਈ ਇੱਕ ਢਾਬੇ ਤੇ ਗਏ, ਪਰ ਭਾਰੀ ਬਾਰਿਸ਼ ਦੀ ਵਜ੍ਹਾ ਕਰਕੇ ਢਾਬੇ ਦੀ ਇਮਾਰਤ ਢਹਿ ਢੇਰੀ ਹੋ ਗਈ। ਇਮਾਰਤ ਡਿੱਗਣ ਮਗਰੋਂ ਤੁਰੰਤ NDRF ਦੀ ਟੀਮ ਬੁਲਾਈ ਗਈ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਤਕਰੀਬਨ 22 ਘੰਟੇ ਬਾਅਦ ਇਮਾਰਤ ਹੇਠਾਂ ਦੱਬੇ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਇਮਾਰਤ ਦਾ ਮਲਬਾ ਹਟਾਉਣ ਦਾ ਕੰਮ ਹਾਲੇ ਵੀ ਜਾਰੀ ਹੈ। ਹਾਲੇ ਵੀ ਖਦਸ਼ਾ ਹੈ ਕਿ ਕੁਝ ਬੰਦੇ ਹੇਠਾਂ ਦੱਬੇ ਹੋ ਸਕਦੇ ਨੇ, ਪਰ NDRF ਦੀ ਟੀਮ ਨੂੰ ਜੋ ਲਿਸਟ ਦਿੱਤੀ ਗਈ ਸੀ ਉਸ ਨੂੰ ਪੂਰੀ ਕਰਨ ਬਾਅਦ ਟੀਮਾਂ ਨੇ ਆਪਣਾ ਕੰਮ ਖਤਮ ਕਰਕੇ ਸਮਾਨ ਬੰਨਣਾ ਸ਼ੁਰੂ ਕਰ ਦਿੱਤਾ। ਇੱਕ ਵਾਰ ਫਿਰ ਦੱਸ ਦਈਏ ਕਿ 22 ਘੰਟਿਆਂ ਬਾਅਦ ਸੋਲਨ ਚ ਰੈਸਕਿਊ ਆਪਰੇਸ਼ਨ ਖਤਮ ਹੋ ਗਿਆ। 13 ਫੌਜੀਆਂ ਸਣੇ 14 ਦੀ ਮੌਤ ਹੋ ਗਈ ਹੈ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।